ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਬਦਲਮਾ ਰਾਖ ਤਿਆਰ ਕਰ ਲਿਆ ਗਿਆ ਹੈ ਦੱਸਦੇ ਕਿ ਸ਼ੰਭੂ ਬਾਰਡਰ ਦੀ ਬਜਾਏ ਕਿਸਾਨ ਖੇਤਾਂ ਦੇ ਵਿੱਚੋਂ ਦੀ ਹੁੰਦੇ ਹੋਏ ਹਰਿਆਣਾ ਦੇ ਵਿੱਚ ਦਾਖਲ ਹੋ ਰਹੇ ਨੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਲਗਾਤਾਰ ਚਾਹੇ ਉਹ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹੋਣ ਤਾਂ ਕਿਸਾਨਾਂ ਦੇ ਵੱਲੋਂ ਹੁਣ ਖੇਤਾਂ ਦੇ ਰਾਹੀਂ ਹਰਿਆਣਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਸਾਰੇ ਕਿਸਾਨ ਜਿਹੜੇ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਸ਼ੰਭੂ ਬਾਰਡਰ ਦੀ ਜਿਹੜੀ ਮੇਨ ਸੜਕ ਹੈ ਜਿਹੜਾ ਦਿੱਲੀ ਅੰਮ੍ਰਿਤਸਰ ਹਾਈਵੇ ਹੈ ਜਿਹੜਾ ਨੈਸ਼ਨਲ ਹਾਈਵੇ ਹੈ ਗ੍ਰੈਂਡ ਟ੍ਰੰਕ ਰੋਡ ਹੈ ਜੀਟੀ ਰੋਡਾ ਉਸ ਤੋਂ ਉੱਤਰ ਕੇ ਖੇਤਾ ਵਿੱਚੋਂ ਦੀ ਹੋ ਕੇ ਹਰਿਆਣਾ ਵਿੱਚੋਂ ਦੀ ਹੋ ਕੇ ਦਿੱਲੀ ਵੱਲ ਨੂੰ ਵਧ ਰਹੇ ਨੇ ਤਾਂ ਲਗਾਤਾਰ ਟੀਆਰ ਗੈਸ ਛੱਡੀ ਜਾ ਰਹੀ ਹੈ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਮੂੰਹ ਤੇ ਰੁਮਾਲ ਬਨ ਕੇ ਅਥਰੂ ਗੈਸ ਦੇ ਗੋਲਿਆਂ ਦੀ ਗੈਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਗਲੇ ਦੇ ਵਿੱਚ ਖਾਰਿਸ਼ ਹੁੰਦੀ ਹੈ ਇਸ ਦੇ ਨਾਲ ਅੱਖਾਂ ਦੇ ਵਿੱਚ ਹੰਝੂ ਆਉਂਦੇ ਨੇ ਇਸੇ ਕਰਕੇ ਇਹਨੂੰ ਟੀਅਰ ਗੈਸ ਜਾਂ ਹੰਝੂ ਗੈਸ ਕਿਹਾ ਜਾਂਦਾ ਹੈ ਇਰਿਟੇਸ਼ਨ ਹੁੰਦੀ ਹੈ ਤਾਂ ਧੂਆ ਹੀ ਧੂਆ ਤੁਹਾਨੂੰ ਅਥਰੂ ਗੈਸ ਦੇ ਗੋਲਿਆਂ ਦਾ ਨਜ਼ਰ ਆ ਰਿਹਾ ਹੈ ਤੇ ਹਵਾ ਦੇ ਵਿੱਚੋਂ ਆਸਮਾਨ ਦੇ ਵਿੱਚੋਂ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਦਰਅਸਲ ਜਿਹੜੀ ਅਥਰੂ ਗੈਸ ਦੇ ਗੋਲੇ ਨੇ ਉਹਦੀ ਰੇਂਜ ਜਿਹੜੀ ਹੈ ਜਦੋਂ ਗੱਡੀ ਤੋਂ ਜਾਂ ਵਾਹਨ ਤੋਂ ਜਾਂ ਜਿਹੜੀ ਬੰਦੂਕ ਤੋਂ ਛੁੱਟੀ ਜਾਂਦੀ ਹੈ ਉਸ ਤੋਂ ਨਹੀਂ ਪਹੁੰਚਦੀ ਤਾਂ ਆਸਮਾਨ ਦੇ ਰਾਹੀਂ ਡਰੋਨ ਰਾਹੀਂ ਪੰਜਾਬ ਵਾਲੇ ਪਾਸੇ ਦਾਖਲ ਹੋ ਕੇ ਹਰਿਆਣਾ ਪੁਲਿਸ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਲਗਾਤਾਰ ਜਿਸ ਕਰਕੇ ਕਾਫੀ ਦੂਰ ਤੱਕ ਮਾਰ ਕੀਤੀ ਜਾ ਰਹੀ ਹੈ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਹੁਣ ਖੇਤਾਂ ਦੇ ਵਿੱਚੋਂ ਦੀ ਹੋ ਕੇ ਹਰਿਆਣਾ ਚ ਦਾਖਲ ਹੋ ਗਏ ਨੇ ਦਿੱਲੀ ਜਾ ਰਹੇ ਨੇ ਕਸ ਦੇ ਕਿ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਤੇ ਖੇਤਾਂ ਵਾਲੇ ਪਾਸੇ ਵੀ ਤੁਹਾਨੂੰ ਡਰੋਨ ਦੇ ਜਿਹੜੇ ਗੈਸ ਛੱਡੀ ਜਾ ਰਹੀ ਹੈ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਹਾਲਾਂਕਿ ਜਿਹੜਾ ਕਾਫਲਾ ਹੈ ਸਰਵਨ ਸਿੰਘ ਪੰਦੇਰ ਦਾ ਜਾਂ ਜਗਜੀਤ ਸਿੰਘ ਡੱਲੇਵਾਲ ਦਾ ਉਹ ਹਾਲੇ ਪਿੱਛੇ ਹੈ ਪਰ ਵੱਡੇ ਪੱਧਰ ਤੇ ਜਿਹੜੇ ਕਿਸਾਨ ਨੇ ਨੌਜਵਾਨ ਨੇ ਉਹ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਨੇ ਜਿੱਥੇ ਲਗਾਤਾਰ ਟੀਅਰ ਗੈਸ ਛੱਡੀ ਜਾ ਰਹੀ ਹੈ ਅਥਰੂ ਗੈਸ ਦੇ ਗੋਲੇ ਲਗਾਤਾਰ ਛੱਡੇ ਜਾ ਰਹੇ ਨੇ ਇਸ ਵਾਰ ਪਹਿਲੀ ਵਾਰ ਹੈ ਜਦੋਂ ਡਰੋਨ ਦੀ ਵਰਤੋਂ ਕੀਤੀ ਗਈ ਹੈ ਕਿਉਂਕਿ ਪਹਿਲਾਂ ਡਰੋਨ ਦੀ ਵਰਤੋਂ ਜਿਹੜੀ ਹੈ ਉਹ ਨਹੀਂ ਕੀਤੀ ਜਾਂਦੀ ਸੀ ਤੇ ਇਸ ਵਾਰ ਡਰੋਨ ਦੇ ਰਾਹੀਂ ਜਦੋਂ ਕਿਤੇ ਖੱਬੇ ਸੱਜੇ ਵੀ ਕਿਸਾਨ ਹੁੰਦੇ ਨੇ ਜਾਂ ਥੋੜਾ ਪਿੱਛੇ ਵੀ ਹਟਦੇ ਨੇ ਉੱਥੇ ਵੀ ਡਰੋਨ ਦੀ ਵਰਤੋਂ ਰਾਹੀਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਜਿਸ ਕਰਕੇ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲਾਂ ਤਾਂ ਕਿਉਂਕਿ ਰੇਂਜ ਜਿਹੜੀ ਹੈ ਡਰੋਨ ਜਦੋਂ ਨਹੀਂ ਸੀਗਾ ਜਿਹੜੇ ਡਾਇਰੈਕਟ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਸੀ ਉਹਦੀ ਰੇਂਜ ਜਿਹੜੀ ਹੈ ਉਹ ਇੰਨੀ ਨਹੀਂ ਸੀ ਹੁੰਦੀ ਹੈਗੀ ਪਰ ਕਿਉਂਕਿ ਹੁਣ ਡਰੋਨ ਦਾ ਜਿਹੜਾ ਕੰਟਰੋਲ ਹੈ ਉਹ ਪੁਲਿਸ ਵਾਲਿਆਂ ਦੇ ਕੋਲ ਹੈ ਉਹ ਉਥੋਂ ਸਾਈਡ ਨੂੰ ਲੈਫਟ ਰਾਈਟ ਜਾਂ ਅੱਗੇ ਵੀ ਜਾ ਸਕਦੇ ਨੇ ਕਿੱਥੇ ਤੱਕ ਜਿਹੜੀ ਡਰੋਨ ਦੀ ਮਾਰ ਹੈ ਉਹ ਕਰ ਸਕਦੇ ਨੇ ਇਸ ਕਰਕੇ ਜਿੱਥੇ ਵੀ ਇਕੱਠ ਜਿਹੜਾ ਨਜ਼ਰ ਆ ਰਿਹਾ ਹੈ ਕਿਸਾਨਾਂ ਦਾ ਜਿਵੇਂ ਸ਼ੰਭੂ ਬਾਰਡਰ ਦੇ ਨੇੜੇ ਜਿਹੜੇ ਬੈਰੀਅਰ ਵਾਲੇ ਪਾਸੇ ਕਿਸਾਨ ਪਹੁੰਚਣ ਲੱਗਦੇ ਨੇ ਤਾਂ ਉਦੋਂ ਹੀ ਵੱਡੇ ਪੱਧਰ ਤੇ ਡਰੋਨ ਨਾਲ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਹਾਲਾਂਕਿ ਜਿਹੜੇ ਉੱਥੇ ਮੌਜੂਦ ਕਿਸਾਨ ਨੇ ਉਹਨਾਂ ਦੇ ਵੱਲੋਂ ਪੱਥਰबाजी ਵੀ ਕੀਤੀ ਗਈ ਹੈ ਡਰੋਨ ਤੇ ਡਰੋਨ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਕਿਉਂਕਿ ਡਰੋਨ ਉਚਾਈ ਤੇ ਹੈ ਇਸ ਕਰਕੇ ਪੱਥਰ ਜਿਹੜੇ ਨੇ ਉਹਨਾਂ ਤੱਕ ਨਹੀਂ ਪਹੁੰਚ ਰਹੇ ਜਿਸ ਕਰਕੇ ਮਾਹੌਲ ਜਿਹੜਾ ਹੈ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸ਼ੰਭੂ ਬਾਰਡਰ ਦੇਆਂ ਦਿਖਾ ਰਹੇ ਆ ਜਿੱਥੇ ਪੰਜਾਬ ਵਾਲੇ ਪਾਸਿਓਂ ਹਰਿਆਣਾ ਵਾਲੇ ਪਾਸੇ ਦਾਖਲ ਹੋਣਾ ਹੈ ਦਿੱਲੀ ਜਾਣ ਦੇ ਲਈ ਤੇ ਆਪਣੀਆਂ ਮੰਗਾ ਨੂੰ ਲੈ ਕੇ ਪਰ ਕਿਉਂਕਿ ਹਰਿਆਣਾ ਪੁਲਿਸ ਉੱਥੇ ਤਾਇਨਾਤ ਹੈ ਵੱਡੇ ਪੱਦਰ ਤੇ ਰੋਕਾਂ ਲਾਈਆਂ ਗਈਆਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਲਗਾਤਾਰ ਟੀਅਰ ਗੈਸ ਛੱਡੀ ਜਾ ਰਹੀ ਹੈ ਲੋਕ ਮਾਸਕ ਪੈਣ ਕੇ ਜਾਂ ਪਰਨੇ ਬਨ ਕੇ ਜਾਂ ਰੁਮਾਲ ਬਨ ਕੇ ਟੀਅਰ ਗੈਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਅੱਖਾਂ ਦੇ ਉੱਤੇ ਰੁਮਾਲ ਜਿਹੜਾ ਹੈ ਗਿੱਲਾ ਕਰਕੇ ਫੇਰ ਰਹੇ ਨੇ ਇੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਬੋਰੀਆਂ ਵੀ ਗਿੱਲੀਆਂ ਕਰਕੇ ਲੈ ਕੇ ਆਏ ਸੀ ਕਿ ਜਿਵੇਂ ਹੀ ਅਥਰੂ ਗੈਸ ਦਾ ਗੋਲਾ ਇੱਥਾਂ ਸੁੱਟਦੇ ਆ ਤਾਂ ਉਸ ਤੇ ਜੇਕਰ ਗਿੱਲੀ ਬੋਰੀ ਪਾ ਦਿੱਤੀ ਜਾਵੇ ਤਾਂ ਉਸ ਦਾ ਅਸਰ ਜਿਹੜਾ ਹੈ ਉਹ ਉਮੇ ਨਹੀਂ ਹੁੰਦਾ ਹੈਗਾ ਤਾਂ ਪਰ ਟਕਰਾਅ ਵਾਲੀ ਸਥਿਤੀ ਜਿਹੜੀ ਆਓ ਬਣੀ ਹੋਈ ਹੈ ਰੁਕ ਰੁਕ ਕੇ ਜਿਹੜੀ ਹਰਿਆਣਾ ਪੁਲਿਸ ਹੈ ਉਹ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਜਿਹੜੇ ਕਿਸਾਨ ਨੇ ਉਹ ਪੰਜਾਬ ਵਾਲੇ ਪਾਸਿਓਂ ਹਰਿਆਣਾ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਉਂਕਿ ਅੱਗੇ ਹਰਿਆਣਾ ਪੁਲਿਸ ਹੈ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲਿਆਂ ਰਾਹੀਂ ਕਿਸਾਨਾਂ ਨੂੰ ਲਗਾਤਾਰ ਖਦੇੜ ਰਹੀ ਹੈ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਸ਼ੰਭੂ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵੱਡੇ ਪੱਧਰ ਤੇ ਕਿਸਾਨ ਇਕੱਠੇ ਹੋ ਰਹੇ ਨੇ ਸਾਹਮਣੇ ਹਰਿਆਣਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕਿਸਾਨ ਬੈਰੀਕੇਡ ਦੇ ਨੇੜੇ ਜਾਂਦੇ ਨੇ ਤਾਂ ਉੱਥੇ ਟੀਆਰ ਗੈਸ ਛੱਡ ਦਿੱਤੀ ਜਾਂਦੀ ਹੈ ਜਿਸ ਕਰਕੇ ਕਾਫੀ ਪਰੇਸ਼ਾਨੀ ਜਿਹੜੀ ਹੈ ਉਹ ਕਿਸਾਨਾਂ ਨੂੰ ਆ ਰਹੀ ਹੈ ਤਾਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਕਿਵੇਂ ਜਿਹੜੇ ਲੋਕ ਨੇ ਫਿਰ ਪਿੱਛੇ ਹਟਣਾ ਪੈਂਦਾ ਹੈ ਕਿਉਂਕਿ ਸਾਹ ਲੈਣਾ ਵੀ ਇੱਥੇ ਮੁਸ਼ਕਲ ਹੋ ਜਾਂਦਾ ਜਿਸ ਜਿਸ ਥਾਂ ਤੇ ਟੀਆਰ ਗੈਸ ਛੱਡੀ ਜਾਂਦੀ ਹੈ ਹੰਝੂ ਗੈਸ ਛੱਡੀ ਜਾਂਦੀ ਹੈ ਅਥਰੂ ਗੈਸ ਤੇ ਗੋਲੇ ਸੁੱਟੇ ਜਾਂਦੇ ਨੇ ਉੱਥੇ ਸਾਹ ਲੈਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਤੇ ਇਸ ਕਰਕੇ ਫਿਰ ਪਿੱਛੇ ਹਟਣਾ ਪੈਂਦਾ ਹੈ ਤਾਂ ਧੁੰਦ ਵਰਗਾ ਮਾਹੌਲ ਜੜਾ ਹੈ ਚਿੱਟੀ ਚਾਦਰ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੀਆਂ ਕਰਕੇ ਇਹ ਸਭ ਕੁਝ ਹੈ ਤੇ ਦੂਜੇ ਪਾਸੇ ਕਿਸਾਨ ਅੱਗੇ ਵਧਣ ਦੀ ਥੋੜੀ ਥੋੜੀ ਦੇਰ ਬਾਅਦ ਕੋਸ਼ਿਸ਼ ਕਰਦੇ ਨੇ ਪਰ ਜਿਉਂ ਹੀ ਅੱਗੇ ਵਧਦੇ ਨੇ ਤਾਂ ਟਿਅਰ ਗੈਸ ਜਿਹੜੀ ਆ ਉਹ ਛੱਡ ਦਿੱਤੀ ਜਾਂਦੀ ਹੈ ਲਗਾਤਾਰ ਸ਼ੰਭੂ ਬਾਰਡਰ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ న్యూਜ਼ ਐਟਨ ਦੇ ਜ਼ਰੀਏ ਕੈਮਰੇ ਦੇ ਰਾਹੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਵੇਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਹੱਥਾਂ ਦੇ ਵਿੱਚ ਕੇਸਰੀ ਨਿਸ਼ਾਨ ਵੀ ਨੇ ਹੱਥਾਂ ਦੇ ਵਿੱਚ ਕਿਸਾਨੀ ਦੀਆਂ ਝੰਡੀਆਂ ਵੀ ਨੇ ਟਰੈਕਟਰ ਵੀ ਨੇ ਪਰ ਲਗਾਤਾਰ ਹਰਿਆਣਾ ਪੁਲਿਸ ਜਿਹੜੀ ਹੈ ਉਹ ਹੋ ਟੀਆਰ ਗੈਸ ਛੱਡ ਰਹੀ ਹੈ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਜਿਸ ਕਰਕੇ ਕਿਸਾਨ ਜਿਹੜੇ ਨੇ ਉਹ ਅੱਗੇ ਵਧਦੇ ਨੇ ਪਰ ਫਿਰ ਉਹਨਾਂ ਨੂੰ ਪਿੱਛੇ ਹਟਣਾ ਪੈਂਦਾ ਹੈ ਹਾਲਾਂਕਿ ਇਹ 100 ਮੀਟਰ ਦੂਰ ਤੱਕ ਕਰੀਬ ਸਾਹਮਣੇ ਵਾਲੇ ਪਾਸੇ ਤੋਂ ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤੇ ਜਿਹੜੀ ਡਰੋਨ ਦੀ ਵਰਤੋਂ ਆ ਉਹ ਵੀ ਕਾਫੀ ਅੱਗੇ ਤੱਕ ਹੋ ਰਹੀ ਹੈ ਕਿਉਂਕਿ ਖੇਤਾਂ ਵਾਲੇ ਪਾਸਿਓਂ ਵੀ ਜਦੋਂ ਕਿਸਾਨ ਕੋਸ਼ਿਸ਼ ਕਰ ਰਹੇ ਸੀਗੇ ਤਾਂ ਉਸ ਵਾਲੇ ਪਾਸਿਓਂ ਵੀ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਤਾਂ ਵੱਡੇ ਪੱਧਰ ਤੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਕਿਸਾਨਾਂ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹਰਿਆਣਾ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ